ਬੇਹੱਦ ਜ਼ਿਆਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਆਮ ਆਦਮੀ ਪਾਰਟੀ ਦੇ MLA ਦੇ ਜੱਦੀ ਪਿੰਡ ਵਿੱਚ ਚੋਰੀ ਹੋਈ ਹੈ। ਇਹ ਚੋਰੀ ਦੂਸਰੀ ਵਾਰ ਹੋਈ ਹੈ 2 ਮਹੀਨਿਆਂ ਦੇ ਦੌਰਾਨ। ਸਰਕਾਰੀ ਸਕੂਲ ਦੇ ਵਿੱਚ 2 ਵਾਰ ਚੋਰੀ ਹੋ ਚੁੱਕੀ ਹੈ ਪਰ ਪੁਲਿਸ ਅਜੇ ਤੱਕ ਲਾਚਾਰ ਨਜ਼ਰ ਆ ਰਹੀ ਹੈ। ਜਿੱਥੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਚੋਰਾਂ ਨੂੰ ਨੱਥ ਪਾਈ ਜਾਣੀ ਚਾਹੀਦੀ ਹੈ, ਉੱਧਰ CCTV ਪੁਲਿਸ ਦੇ ਵੱਲੋਂ ਖੰਗਾਲੇ ਜਾ ਰਹੇ ਨੇ। ਜੀਆਂ ਦੱਸ ਦਈਏ ਕਿ ਇਹ ਮਾਮਲਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ MLA ਗੁਰਦਿੱਤ ਸਿੰਘ ਸੇਖੋਂ ਦੇ ਜੱਦੀ ਪਿੰਡ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਕਾਫੀ ਜ਼ਿਆਦਾ ਲੋਕ ਪਰੇਸ਼ਾਨ ਹੋ ਰਹੇ ਨੇ। ਦੱਸ ਦਈਏ ਕਿ ਪਹਿਲਾਂ ਵੀ ਇਹ ਮਾਮਲਾ ਅਜਿਹਾ ਹੀ ਸਾਹਮਣੇ ਆਇਆ ਸੀ ਜਿੱਥੇ ਚੋਰਾਂ ਨੇ ਸਕੂਲ ਨੂੰ ਨਿਸ਼ਾਨਾ ਬਣਾਇਆ ਸੀ। ਇੱਕ ਵਾਰ ਫਿਰ ਤੋਂ ਤਾਜ਼ਾ ਮਾਮਲਾ ਫਰੀਦਕੋਟ ਦੇ ਹਲਕੇ ਦੇ ਪਿੰਡ ਮਚਾਕੀ ਖੁਰਦ ਤੋਂ ਸਾਹਮਣੇ ਆਇਆ, ਜਿੱਥੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਕਰੀਬਨ 2 ਮਹੀਨਿਆਂ ਦੌਰਾਨ ਦੂਸਰੀ ਚੋਰੀ ਹੋਈ ਹੈ। ਇਸ ਤੋਂ ਪਹਿਲਾਂ ਵੀ ਸਕੂਲ ਦੇ ਵਿੱਚ ਚੋਰਾਂ ਨੇ ਡਾਕਾ ਮਾਰਿਆ ਸੀ, ਕੰਪਿਊਟਰ, ਇਨਵਰਟਰ ਸਣੇ ਹੋਰ ਵੀ ਜ਼ਰੂਰੀ ਸਮਾਨ ਚੋਰੀ ਕਰ ਲਏ ਸਨ ਅਤੇ ਹੁਣ ਵੀ ਸਕੂਲ ਦਾ ਸਮਾਨ ਚੋਰੀ ਹੋਇਆ, ਜਿਸ ਦੇ ਵਿੱਚ ਮਿਡ ਡੇ ਮੀਲ ਦਾ ਸਮਾਨ, ਸਿਲੰਡਰ, ਚੋਲ, ਕਣਕ ਅਤੇ ਸਕੂਲ ਦੇ ਹੋਰ ਜ਼ਰੂਰੀ ਜਿਹੜੇ ਪੇਪਰ ਹੈ ਉਹ ਵੀ ਚੋਰੀ ਹੋ ਚੁੱਕੇ ਨੇ। ਪੁਲਿਸ ਦੇ ਵੱਲੋਂ CCTV ਖੰਗਾਲੇ ਜਾ ਰਹੇ ਨੇ ਪਰ ਉੱਥੇ ਹੀ ਲੋਕਾਂ ਦਾ ਕਹਿਣਾ ਜੇਕਰ ਪਹਿਲਾਂ ਚੋਰ ਫੜੇ ਜਾਂਦੇ ਤਾਂ ਅੱਜ ਇਹ ਨੌਬਤ ਹੀ ਨਹੀਂ ਆਉਣੀ ਸੀ। ਹੋਰ ਕੀ ਕੁਛ ਕਹਿਣਾ ਹੈ ਲੋਕਾਂ ਦਾ, ਆਓ ਸੁਣ ਲੈਂਦੇ ਹਾਂ। ਸਮੱਸਿਆ ਹੈ ਜੀ, ਇੱਕ ਵਾਰੀ ਪਹਿਲਾਂ ਚੋਰੀ ਹੋ ਗਈ ਸੀਗੀ, ਸਾਰਾ ਸਮਾਨ ਉਦੋਂ ਲੈ ਕੇ ਸੀ, ਕੱਢ ਕੇ ਸੀ। ਉਦੋਂ ਵੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ, ਜ਼ੋਰ ਲਾਇਆ ਸੀ, ਚੋਰ ਫੜੋ ਫੜੋ ਫੜੋ, ਪੁਲਿਸ ਨੂੰ ਕੰਪਲੇਂਟ ਵੀ ਕੀਤੀ ਸੀ, ਖਬਰਾਂ ਵੀ ਲਵਾਈਆਂ ਸੀਗੀਆਂ, ਉਦੋਂ ਵੀ ਸਾਡਾ ਕੁਛ ਨਹੀਂ ਹੋਇਆ ਜੀ। ਧਿਆਨ ਰਾਤ ਫਿਰ ਚੋਰੀ ਹੋ ਗਈ ਜੀ, ਰਾਤ ਵੀ ਕਾਫੀ ਸਮਾਨ ਲੈ ਕੇ ਕੱਢ ਗਏ ਜੀ, ਰਾਸ਼ਨ ਸੀਗਾ ਸਕੂਲ ਦਾ ਉਹ ਲੈ ਗਏ ਜੀ, ਪੱਖਾ ਲੈ ਗਏ ਜੀ, ਇਨਵੇਟਰ ਬੈਂਟਰਾ ਲੈ ਗਏ, ਗੈਸ ਸਿਲੰਡਰ ਲੈ ਗਏ ਜੀ, ਕੁਛ ਵੀ ਨਹੀਂ ਛੱਡਿਆ ਜੀ। ਕੀ ਲੱਗਦਾ ਹੈਗਾ ਕੌਣ ਬੰਦੇ ਨੇ ਇਹ ਜੀ, ਕੋਈ ਹੁਣ ਤੱਕ ਲੱਗਿਆ ਪਤਾ ਕੁਛ ਨਹੀਂ ਜੀ? ਕੈਮਰੇ ਲੱਗੇ ਜੀ, ਕੈਮਰਾ ਚਾਹੇ ਤਾਂ ਹੈ ਬੰਦੇ ਪਰ ਉਹਨੂੰ ਸਿਆਣ ਨਹੀਂ ਆ ਰਹੀ ਜੀ। ਪਹਿਲਾਂ ਜਦੋਂ ਹੋਈ ਸੀ ਚੋਰੀ ਉਦੋਂ ਵੀ ਕੈਮਰਾ ਚਾਹੀਦਾ ਸੀ ਕਿ ਨਹੀਂ? ਉਦੋਂ ਜੀ DVR ਲੈ ਗਏ ਸੀ ਮੁਲਾਜ਼ਮ, ਪੁਲਿਸ ਵਾਲੇ ਲੈ ਗਏ, ਉਦੋਂ ਬਾਅਦ DVR ਉਹਨਾਂ ਨੇ ਕਹਿੰਦੇ ਖਾਲੀ, ਉਹ 'ਚ ਕੁਛ ਨਹੀਂ ਹੈਗਾ ਜੀ, ਉਦੋਂ ਵੀ ਸਾਡੇ ਵੱਲੋਂ ਥੱਲੇ ਕੁਛ ਵੀ ਪਿਆ ਜੀ। ਕਿੰਨਾ ਟਾਈਮ ਪਹਿਲਾਂ ਦੀ ਗੱਲ? 13 ਅਪ੍ਰੈਲ ਦੀ ਗੱਲ ਹੈ, 2 ਮਹੀਨੇ ਸਮਾਨ ਚੋਰੀ ਹੋਇਆ, ਸਾਡੇ ਬੱਚਿਆਂ ਨੂੰ ਸਮਾਨ ਚੋਰੀ ਵਾਪਸ ਲਿਆ ਕੇ ਆਉਂਦਾ ਜਾਵੇ ਤੇ ਜਿਹੜੇ ਚੋਰ ਆ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਕੀਤੀ ਜਾਵੇ। ਕੀ ਮਸਲਾ ਤੁਹਾਡੇ ਪਿੰਡ ਦਾ? ਮਸਲਾ ਜੀ, 4 ਵਾਰੀ ਤੋਂ ਪਹਿਲਾਂ 3ਜੀ ਵਾਰੀ ਚੋਰੀ ਹੋ ਗਈ ਇਹ ਲਗਾਤਾਰ, ਰਾਤ ਵੀ ਚੋਰੀ ਹੋ ਗਈ, ਰਾਤ ਵੀ ਕੁਛ ਨਹੀਂ ਛੱਡਿਆ ਗਾ, ਰਾਤ ਵੀ ਸਾਰਾ ਕੁਛ ਲੈ ਗਏ, ਚੱਕ ਕੇ ਆਟਾ, ਪੱਖੇ, ਸਕੂਲ 'ਚ ਸਾਰਾ ਕੁਛ ਲੈ ਗਏ, ਕੋਈ ਚੀਜ਼ ਨਹੀਂ ਛੱਡੀ ਗਈ। ਅਤੇ ਮੰਗ ਇਹ ਕਰਦੇ ਹਾਂ ਇਨਸਾਫ ਦੀ, MLA ਸਾਹਿਬ ਦਾ ਪਿੰਡ ਹੈ ਪਰ ਸਾਨੂੰ ਤਾਂ ਦੀਦਾ ਨਹੀਂ ਕੋਈ ਇਨਸਾਫ ਮਿਲਦਾ। ਅੱਗੇ ਵੀ ਅਸੀਂ ਸਕੂਲ ਵੇਲੇ ਵੀ ਅਸੀਂ ਜਦੋਂ ਸ਼ਮਸ਼ਾਨ ਘਾਟ 'ਚ ਚੋਰੀ ਹੋਈ ਸੀਗੀ ਉਦੋਂ MLA ਦੀ ਵਾਈਫ ਨੇ ਸਾਨੂੰ ਕਹਿਤਾ ਇਹ ਚੋਰੀ ਤਾਂ ਕਾਂਗਰਸ ਦੇ ਜਿਹੜੇ ਮੈਂਬਰ ਬਣੇ ਆ ਇਹੀ ਕਰਾਉਂਦੇ ਆ, ਅਤੇ ਅਸੀਂ ਫਿਰ ਵੀ ਅੱਜ ਪਿੰਡ ਦਾ ਜਦੋਂ ਰੌਲਾ ਪਿਆ ਅੱਜ ਵੀ ਆ ਕੇ ਇੱਥੇ ਖੜ੍ਹੇ ਹੋਏ, ਅੱਜ ਵੀ ਵੇਖਿਆ ਵੀ ਬੱਚਿਆਂ ਦਾ ਤੁਸੀਂ ਦੇਖ ਹੀ ਰਹੇ ਹੋ ਸਾਹਮਣੇ ਕੀ ਹਾਲ ਹੈ, ਪੱਖਿਆਂ ਵੱਲੋਂ ਵੀ ਕੋਈ ਪੱਖਾ ਨਹੀਂ, ਕੋਈ ਲਾਈਟ ਦਾ ਪ੍ਰਬੰਧ ਸੀ, ਇੱਥੇ ਵਰਨੇਟਰ ਦਿੱਤਾ ਸੀ ਕਿਸੇ ਨੇ ਵੀ ਬੱਚਿਆਂ ਨੂੰ ਮਤਲਬ ਵੀ ਹਵਾ ਆਊਗੀ ਚੰਗੀ, ਪੱਖੇ ਲਵਾ ਕੇ ਦਿੱਤੇ ਸੀਗੇ, ਪਰ ਕੋਈ ਮੌਸਮ ਵੇਖ ਲਓ ਸਾਹਮਣੇ ਵੀ ਲੈ ਗਏ ਕੀ ਹੋਈ ਜਾਂਦਾ, ਚੋਰ ਲੈ ਗਏ ਸਾਰਾ ਕੁਛ, ਚੋਰ ਲੈ ਗਿਆ, ਕੋਈ ਨਹੀਂ DVD ਲੈ ਗਏ ਸੀ, ਇਹਨੇ ਤੁਹਾਨੂੰ ਇਨਸਾਫ਼ ਦਵਾਵਾਂਗੇ। ਮੈਨੂੰ ਤਾਂ ਸ਼ੱਕ ਹੈ ਵੀ ਮੈਡਮ ਨੂੰ ਤਾਂ ਜੇ ਮੈਂ ਪੁੱਛਿਆ ਨਹੀਂ ਆਪਦੇ ਵੱਲੋਂ ਹੀ ਕਹਿ ਰਿਹਾ, DVD ਵੀ ਨਹੀਂ ਮੈਨੂੰ ਮਹਿਕਮੇ ਕੋਲੋਂ ਮੁੜੀ ਦਿੰਦੀ ਸਾਨੂੰ, DVR ਉਹ ਮੁੜੀ ਨਹੀਂ ਦਿੰਦੀ ਗੀ। ਅੱਜ ਫਿਰ ਆਏ ਵੇ ਅਸੀਂ ਤਾਂ ਹੁਣ 13 ਕੈਮਰੇ ਖਿਲਾਏ ਵੇ ਟਰੈਕਟਰ ਜਨਰੇਟਰ ਨਾਲ ਪ੍ਰਬੰਧ ਕਰਕੇ,
ਤੇ ਟੀਚਰਾਂ ਤਾਂ ਲਿਆਏ ਸੀਗੇ ਦੇਣ ਵਾਸਤੇ ਇੱਕ DVD ਵੀ ਅਸੀਂ ਲਾਉਣੀ ਆ ਸਕੂਲ 'ਚ, ਤਾਂ ਮੈਂ ਮੈਡਮਾਂ ਅੱਗੇ ਹੱਥ ਬੰਨੇ ਹੋਈ ਇਹ ਨਾ ਲੈ ਕੇ ਆਇਓ ਕਿਸੇ ਗੁਰਦੁਆਰਾ ਸਾਹਿਬ ਨੂੰ ਦਿੱਤੀ ਜਾਵੇ, ਉੱਥੇ ਤੁਹਾਡੀ ਅਰਥ ਹੋਊਗੀ ਤੇ ਸਕੂਲ 'ਚੋਂ ਮੈਡਮਾਂ ਦਾ ਲੈਬ ਹੋ ਕੇ ਵੀ ਇਸ ਮਚਾਕੀ ਕਲਾਂ ਖੁਰਦ 'ਚੋਂ ਤੇ ਜਾਣ ਨੂੰ ਤਿਆਰ ਬੈਠੀਆਂ, ਵਿਧਾਉਣ ਨੂੰ ਤਿਆਰ ਆ ਵਿਚਾਰੀਆਂ ਸਾਰੀਆਂ, ਬਹੁਤ ਘਬਰਾਈਆਂ ਹੋਈਆਂ। ਅਸੀਂ ਸਾਡੇ ਮਚਾਕੀ ਖੁਰਦ ਸਕੂਲ ਹੈ, ਕਿਹੜਾ ਸਕੂਲ ਹੈ, ਇਹਦੇ 'ਚ ਅੱਜ ਦੂਜੀ ਵਾਰੀ ਚੋਰੀ ਹੋਈ। ਪਹਿਲਾਂ 13 ਅਪ੍ਰੈਲ ਨੂੰ ਹੋਈ ਸੀਗੀ ਵਿਸਾਖੀ ਵਾਲੇ ਦਿਨ, ਅਤੇ ਹੁਣ ਦੁਬਾਰਾ ਰਾਤ ਫਿਰ ਚੋਰੀ ਹੋਈ ਹੈ। ਉਦੋਂ ਜਿਹੜੇ ਸੀਗੇ ਸਾਡੇ ਲੈ ਗਏ ਸੀਗੇ ਆਹ ਪ੍ਰਿੰਟਰ ਵਗੈਰਾ ਲੈ ਗਏ ਚੱਕ ਕੇ ਕਾਫੀ ਕੁਛ, ਅਤੇ ਹੁਣ ਰਸੋਈ ਦਾ ਸਾਰਾ ਰਾਸ਼ਨ, ਚੁੱਲ੍ਹਾ, ਗੈਸ ਸਿਲੰਡਰ, ਪੱਖਾ ਇੱਕ ਜਿਹੜਾ ਸੀਗਾ ਸਟੈਂਡ ਵਾਲਾ, ਅਤੇ ਇੱਕ ਇਨਵੇਟਰ ਅਤੇ ਬੈਟਰਾ ਇਹ ਲੈ ਗਏ ਜੀ। ਕਾਫੀ ਨੁਕਸਾਨ ਹੋ ਗਿਆ, ਅਤੇ ਸਾਡੇ ਤਾਂ 2-3 ਵਾਰੀ ਪਿੱਛੇ ਆ ਗੁਰਦੁਆਰਾ ਸਾਹਿਬ 'ਚ 2 ਵਾਰੀ ਚੋਰੀ ਹੋ ਗਈ ਹੈ ਜੀ। ਉਦੋਂ ਵੀ ਕੋਈ ਐਡੇ ਨਹੀਂ ਕਿ ਸਿੱਟਾ ਨਹੀਂ ਨਿਕਲੇ, ਪਹਿਲਾਂ ਸ਼ਮਸ਼ਾਨ ਘਾਟ 'ਚ ਹੋਈ ਸੀਗੀ, ਕੋਈ ਉਹਦਾ ਰਿਜ਼ਲਟ ਨਹੀਂ ਆਇਆ ਹੈਗਾ, ਹੁਣ 2 ਵਾਰੀ ਇੱਥੇ ਸਕੂਲ 'ਚ ਚੋਰੀ ਹੋ ਗਈ ਹੈ, ਇਹਦਾ ਵੀ ਕੋਈ ਹਜੇ ਤੱਕ ਨਹੀਂ ਹੈ। ਅਸੀਂ ਤਾਂ ਇਹੀ ਆਣੇ ਸਰਕਾਰ ਨੂੰ ਵੀ ਇਹਨਾਂ ਜਿਹੜੇ ਅਜਿਹੇ ਅਨਸਰ ਉਹਨਾਂ 'ਤੇ ਨੱਥ ਪਾਈ ਜਾਵੇ। ਕੋਈ ਬੰਦੇ ਆਏ ਕੈਮਰੇ ਕੁਮਰੇ? ਹਾਂਜੀ, ਕੈਮਰੇ ਚੈੱਕ ਕੀਤੇ, 4 ਬੰਦੇ ਕੈਮਰਿਆਂ ਦੇ ਵਿੱਚ ਆਏ ਆ, ਸਿਆਣ ਨਹੀਂ ਆ ਰਹੀ ਉਹਨਾਂ ਦੀ ਵੀ, ਹਜੇ ਉਹ ਸਮਾਨ ਚੱਕੀ ਜਾਂਦੇ ਆ 4 ਬੰਦਿਆਂ ਦੀ। ਕੀ ਮੰਗ ਕਰਦੇ? ਮੰਗ ਤਾਂ ਬਸ ਸਰਕਾਰ ਤੋਂ ਇਹ ਹੈ ਜੀ ਵੀ ਇਹਨਾਂ ਜਿਹੜਾ ਬੱਚਿਆਂ ਦਾ ਹੈਗਾ ਭਵਿੱਖ ਖਰਾਬ ਹੋਈ ਜਾਂਦਾ, ਹੁਣ ਅੱਜ ਵੀ ਫਿਰ ਪੜ੍ਹਾਈ ਖਰਾਬ ਹੈ। ਵਿਧਾਇਕ ਦਾ ਪਿੰਡ ਹੈ ਤੇ ਫਿਰ ਵੀ 4 ਵਾਰ ਚੋਰੀ ਹੋ ਜੇ ਪਿੰਡ 'ਚ, ਟਰੇਸ ਨਾ ਹੋਵੇ। ਹਾਂਜੀ ਹਾਂਜੀ, ਬਸ ਉਹੀ ਆ ਪ੍ਰਸ਼ਾਸਨ ਦੀ ਇਹਦੇ ਵਿੱਚ ਅਣਗਹਿਲੀ ਸਮਝ ਲਓ, ਜਾਂ ਕੋਈ ਉਹਨਾਂ ਦੇ ਹੱਥ ਨਹੀਂ ਲੱਗ ਰਿਹਾ ਹੈਗਾ, ਅਤੇ ਇਹਦੇ ਬਾਰੇ ਕੋਈ ਕਹਿ ਨਹੀਂ ਸਕਦੇ ਕਿ ਹੁਣ ਇਹਦਾ ਪ੍ਰਸ਼ਾਸਨ ਹੀ ਇਹਦੇ ਬਾਰੇ ਤਾਂ ਜਵਾਬ ਦੇ ਸਕਦਾ ਵੀ ਕਿੱਥੇ ਕੀ ਗੱਲ ਹੈਗੀ ਹੈ। ਸਾਡੇ ਜੀ ਸਕੂਲ 'ਚ ਦੂਸਰੀ ਵਾਰੀ ਚੋਰੀ ਹੋ ਗਈ ਹੈ ਜੀ, ਪਹਿਲਾਂ 13 ਅਪ੍ਰੈਲ ਨੂੰ ਹੋਈ ਸੀ ਜੀ, ਉਦੋਂ ਵੀ ਸਾਡਾ ਸਕੂਲ ਦਾ ਬਹੁਤ ਸਾਰਾ ਸਮਾਨ ਲੈ ਗਏ ਸੀ, ਜਿਹਦੇ 'ਚ LEDs ਹੋ ਗਈਆਂ ਜੀ, ਸਾਡੇ DVR ਵਗੈਰਾ ਦਾ ਸਾਰਾ ਸਮਾਨ, ਜਿਹੜੀ ਫਿਟਿੰਗ ਵਗੈਰਾ ਸਾਰੀ ਫੱਟ ਗਈ ਸੀ, ਸਾਰਾ ਦਫ਼ਤਰ ਦਾ ਰਿਕਾਰਡ ਖਿਲਾਰ ਗਏ ਸੀਗੇ, ਅਤੇ ਸਾਡਾ ਅਨਾਜ ਸਿਲੰਡਰ ਇਸ ਤਰ੍ਹਾਂ ਲੈ ਗਏ। ਅਤੇ ਅੱਜ ਵੀ ਜਦੋਂ ਅਸੀਂ ਮਤਲਬ 7:30 ਵਜੇ ਸਾਡੇ ਜਿਹੜੇ ਮੈਡਮ ਇੰਚਾਰਜ ਆ, ਉਹਨਾਂ ਨੂੰ ਫੋਨ ਆਇਆ ਗਾ, ਸਾਡੇ ਜਿਹੜੇ ਸਫਾਈ ਕਰਮਚਾਰੀ ਉਹ ਆਏ ਆਂਟੀ, ਉਹਨਾਂ ਨੇ ਜਦੋਂ ਆਏ ਤਾਂ ਦੇਖਿਆ ਵੀ ਇੱਥੇ ਸਾਡਾ ਜਿਹੜਾ ਦਫ਼ਤਰ ਦਾ ਖੁੱਲ੍ਹਾ ਹੋਇਆ ਸੀਗਾ ਬੂਹਾ, ਫਿਰ ਉਸ ਤੋਂ ਬਾਅਦ ਉਹਨਾਂ ਨੇ ਦੇਖਿਆ ਕਿ ਰਸੋਈ ਦਾ ਵੀ ਖੁੱਲ੍ਹਾ ਹੋਇਆ, ਉਸ ਤੋਂ ਬਾਅਦ ਪਿੰਡ ਦੇ ਵਿੱਚੋਂ ਇੱਕ ਦੋ ਜਣਿਆਂ ਨੂੰ ਬੁਲਾ ਕੇ ਲੈ ਕੇ ਆਏ ਆ, ਅਤੇ ਦੇਖਿਆ ਉਹਨਾਂ ਨੇ ਇੱਧਰ ਸਾਡਾ ਜਿਹੜਾ ਦੂਸਰੇ ਸਟੋਰ ਰੂਮ ਦਾ ਉੱਥੋਂ ਵੀ ਇਨਵਰਟਰ ਲੈ ਕੇ ਗਏ ਜੀ, ਬਾਕੀ ਬੈਟਰਾ ਵੀ ਲੈ ਗਏ ਜੀ, ਰਸੋਈ ਦੇ ਵਿੱਚੋਂ ਸਾਰਾ ਅਨਾਜ, ਖਾਣ ਪੀਣ ਦੀ ਸਾਰੀ ਸਮੱਗਰੀ, ਸਿਲੰਡਰ ਲੈ ਗਏ ਜੀ, ਅਤੇ ਜਿਹੜਾ ਦਫ਼ਤਰ ਦੇ ਵਿੱਚੋਂ ਜਿਹੜਾ ਸਾਰਾ ਰਿਕਾਰਡ ਫੇਰ ਖਿਲਾਰਿਆ ਗਿਆ, ਬਲੂਟੁੱਥ ਸਪੀਕਰ ਲੈ ਗਏ ਜੀ, ਮਤਲਬ ਕੋਈ ਵੀ ਐਕਸਟੈਂਡਿੰਗ ਪੱਖਾ ਸੀਗਾ ਜੀ, ਅਤੇ ਅਨਾਜ ਵੀ ਜਿਹੜਾ ਅਸੀਂ ਹੁਣ ਹੀ ਲੈ ਕੇ ਆਉਂਦਾ ਸੀਗਾ, ਮਤਲਬ ਕੋਈ ਵੀ ਚੀਜ਼ ਉਹਨਾਂ ਨੇ ਨਹੀਂ ਛੱਡੀ ਜੀ, ਅਨਾਜ ਵੀ ਲੈ ਗਏ, ਚਾਵਲ ਵੀ ਲੈ ਗਏ, ਕਣਕ ਵੀ ਲੈ ਗਏ, ਜੇ ਉਹ ਮਤਲਬ ਹੈਗੇ ਆ ਪਿਆਜ਼ ਟਮਾਟਰ ਠੰਡੇ ਦੀਆਂ ਬੋਤਲਾਂ ਸੀ ਜੋ ਫਰਿੱਜ 'ਚ ਪਿਆ ਸੀ, ਫਰਿੱਜ ਵੀ ਉਹਨਾਂ ਨੇ ਹਿਲਾਉਣ ਦੀ ਕੋਸ਼ਿਸ਼ ਕੀਤੀ ਜੀ, ਨਹੀਂ ਚੱਕੀ ਗਈ, ਕੀ ਕਾਰਨ ਬਣਿਆ ਉਹ ਨਹੀਂ ਪਤਾ ਆਪਾਂ ਨੂੰ, ਤਾਂ ਮਤਲਬ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ। ਪੁਲਿਸ ਨੇ ਪਹਿਲਾਂ ਵਾਲੀ ਚੋਰੀ ਟਰੇਸ ਕਰ ਲਈ ਸੀ? ਨਹੀਂ ਜੀ। ਤੇ ਹੁਣ ਦੁਬਾਰਾ ਹੋ ਗਈ? ਹਾਂਜੀ ਦੁਬਾਰਾ। ਕੋਈ CCTV 'ਚ ਆਇਆ ਕੋਈ? ਹਾਂਜੀ CCTV 'ਚ ਆਇਆ ਜੀ ਇਸ ਵਾਰ, ਤੇ ਪਰ ਅੱਜ ਹੁਣ ਉਹ ਲਾਈਟ ਨਾ ਹੋਣ ਕਰਕੇ ਪੁਲਿਸ ਨੇ ਕੋਈ ਹੁਣ ਤੱਕ ਕੀਤੀ ਕਾਰਵਾਈ? ਨਹੀਂ ਜੀ, ਆਈ ਹੋਈ ਹੈ ਜੀ ਪੁਲਿਸ, ਉਹ ਕਰ ਰਹੇ ਆਪਦੀ ਜੋ ਬਣਦੀ ਕਾਰਵਾਈ ਹੈਗੀ।